परिथ में गुराजी को वंदना दुनिये आदि गणेश दिनिये सिमरा शारदा मेरे हृदय जागे देशे भी सदा में राती जागण कुत्ते में सारी रात देवन पैरा ते दिन जा सुते मालिक अपने का तरमूल न छे पावे सौ सौ बसन जुते माता जी साडे बीबी जी साडे बड़े भाई साहब साडे अंकल जी सरदार सोहन सिंह जी उन्होंने वालों साडे परमजीत भाजी आज साडे बड़े भाई साहब बहुत सारा मान बहुत सारा प्यार साडे अंकल जी तहत शुक्रगुजार हैं तुहाडा सारा का प्यार साडे बीबी जी तुहाडा आशीर्वाद हर वेले इदां मिलदा है बहुत बहुत प्यार है आओ सारी संगत कि हमने खुले
ਪੁੱਛਣੀ ਕਿ ਅਮਲਾ ਦੇ ਹੋਣੇ ਨਾ ਵੇਲੇ ਕਿਸੇ ਨਾ ਤੇਰੀ ਜਾਤ ਪੁੱਛਣੀ ਕਿ ਅਮਲਾ ਦੇ ਹੋਣੇ ਨਾ ਵੇਲੇ ਕਿਸੇ ਨਾ ਤੇਰੀ ਜਾਤ ਪੁੱਛਣੀ 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 ਬੋਲੀ ਸੱਚੇ ਦਰਬਾਰ ਕੀ ਜੈ। ਬਹੁਤ ਪਿਆਰ ਬਹੁਤ ਆਸ਼ੀਰਵਾਦ ਸੰਗਤ ਦੇ ਵੱਲੋਂ, ਬਹੁਤ ਸਤਿਕਾਰ ਹੈ ਸੰਗਤ ਦੀ ਸਾਰੀ ਦੇ ਵੱਲੋਂ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਬਾਬਾ ਜੀ ਦੇ ਚਰਨਾਂ ਦੀਆਂ ਹਾਜ਼ਰੀ ਬਣਨ ਦਾ ਸਮਾਂ ਮਿਲ ਰਿਹਾ ਹੈ। ਸਾਰੀ ਸੰਗਤ ਰੱਬ ਰੂਪੀ ਸੰਗਤ ਬੈਠੀ ਹੈ, ਬਾਬਾ ਜੀ ਦਾ ਪਵਿੱਤਰ ਚਾਲਾ ਚੱਲ ਰਿਹਾ ਹੈ ਔਰ ਹਰ ਸਾਲ ਦੀ ਹਾਜ਼ਰੀ। ਸੋ ਮੇਰੇ ਮਜੀਸ਼ਨ ਵੀਰ, ਸਾਡਾ ਆਪਣਾ ਪਰਿਵਾਰ ਸਾਰਾ ਔਰ ਮੇਰੇ ਤੋਂ ਪਹਿਲਾਂ ਅਮਨ ਵੀਰ ਬਹੁਤ ਸੋਹਣੀ ਹਾਜ਼ਰੀ ਭਰ ਕੇ ਗਏ ਨੇ। ਔਰ ਆਓ ਮੈਂ ਚਾਹੁੰਦਾ ਇੱਕ ਵਾਰੀ ਜੈਕਾਰਾ ਬੋਲੋ ਸਾਰੀ ਸੰਗਤ ਬਾਬਾ ਜੀ ਦੇ ਨਾਮ ਵਾਲਾ। ਸਾਰੇ ਜਾਣੇ ਜਿਹਨੇ ਬੈਠੇ ਹੋ ਬਾਬਾ ਜੀ ਦੇ ਚਰਨਾਂ ਦੇ ਵਿੱਚ, ਜੈਕਾਰਾ ਪਾਉਣਾ ਹਾਜ਼ਰੀ ਦਾ। ਆਵਾਜ਼ ਪਿੱਛੇ ਰਹਿ ਗਈ, ਉੱਚੀ ਹੱਥ ਕਰਕੇ ਜੈਕਾਰਾ ਬੋਲੋ ਜਰਾ ਬਾਬਾ ਜੀ ਦੇ ਨਾਮ ਵਾਲਾ, ਕਿਉਂਕਿ ਜਿਹਦੀ ਰੱਗ ਵਿੱਚ ਜੈ ਉਹਦੀ ਜੱਗ ਵਿੱਚ ਜੈ, ਜਿਹਦੀ ਬੁੱਲਾਂ ਉੱਤੇ ਜੈ ਉਹਦੀ ਸੱਤ ਫੁੱਲਾਂ ਵਿੱਚ ਜੈ, ਜਿਹਦੀ ਜਵਾਨ ਉੱਤੇ ਜੈ ਉਹਦੀ ਜਵਾਨ ਉੱਤੇ ਜੈ। ਸਾਰੀ ਸੰਗਤ ਹੱਥ ਉੱਤੇ ਕਰਕੇ ਜੈਕਾਰਾ ਮੇਰੇ ਕੋਲ, ਜਿੰਨੀ ਸੰਗਤ ਬੈਠੀ ਹੋਈ ਹੈ, ਜੈਕਾਰਾ ਹਰੀ ਦਾ। ਹੁਣ ਪਤਾ ਲੱਗਿਆ ਨਾ ਬਾਬਾ ਜੀ ਦੇ ਭਗਤ ਪਿਆਰੇ ਬੈਠੇ ਹੋਏ ਨੇ, ਇਹ ਤੁਹਾਡਾ ਪਿਆਰ ਹੀ ਹੈ, ਤੁਹਾਡਾ ਆਸ਼ੀਰਵਾਦ ਹੈ। ਜਿੰਨਾ ਚਿਰ ਤੁਹਾਡਾ ਆਸ਼ੀਰਵਾਦ ਨਹੀਂ ਨਾ ਮਿਲਦਾ, ਉਹਨਾਂ ਚਿਰ ਬਾਬਾ ਜੀ ਦੀ ਰਹਿਮਤ ਨਹੀਂ ਹੋਣੀ। ਤਾਂ ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ, ਬਾਬਾ ਜੀ ਦੀ ਮਿਹਰ, ਇਹ ਸਦਕਾ ਤੁਹਾਡੇ ਦਰਸ਼ਨ ਦੀਦਾਰੀ ਕਰਨ ਦਾ ਸਮਾਂ ਮਿਲਿਆ ਹੈ। ਸਾਡੇ ਕਾਲਾ ਵੀਰ ਜੀ ਔਰ ਸਤਿਕਾਰਯੋਗ ਸੰਗਤ, ਜਿੰਨੀ ਵੀ ਪ੍ਰਬੰਧਕ ਕਮੇਟੀ, ਸਾਰੇ ਸੇਵਾਦਾਰ ਪਰਿਵਾਰ ਦੀ ਤਰ੍ਹਾਂ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ। ਸੋ ਬਹੁਤ ਪਿਆਰ, ਕਿਉਂਕਿ ਬਾਬਾ ਜੀ ਦੇ ਦਰਬਾਰ ਦੇ ਵਿੱਚ ਕੋਈ ਥੋੜ੍ਹ ਨਹੀਂ ਹੈ, ਬਸ ਲੋੜ ਆ ਸੱਚੀ ਸ਼ਰਧਾ ਦੀ। ਮੇਰਾ ਨਾਥ, ਮੇਰਾ ਸਿੰਘੀਆਂ ਵਾਲਾ, ਮੇਰਾ ਜੋਗੀ, ਸਾਰਿਆਂ 'ਤੇ ਰਹਿਮਤ ਕਰਦਾ ਹੈ, ਸਭ ਦੀ ਖਾਲੀ ਝੋਲੀ ਭਰਦਾ ਹੈ। ਇਹ ਬਾਬਾ ਜੀ ਦੇ ਦਰਬਾਰ 'ਤੇ ਐਵੇਂ ਨਹੀਂ ਮੇਲੇ ਲੱਗਦੇ, ਐਵੇਂ ਨਹੀਂ ਰੌਣਕਾਂ ਲੱਗਦੀਆਂ, ਕਿਉਂਕਿ ਬੜੀ ਕਰੋਨ ਵਜ਼ੀ ਕੀਤੀ, ਗੁਫਾ ਦੇ ਵਿੱਚ ਬੈਠੇ ਹੋਏ ਪੂਰੀ ਦੁਨੀਆ 'ਤੇ ਰਹਿਮਤ ਕਰ ਰਹੇ ਹਾਂ। ਦੁੱਧਾਂ ਵਾਲਿਆਂ ਨੂੰ ਦੁੱਧ ਦਿੰਦੇ ਹੈ, ਪੁੱਤਰਾਂ ਵਾਲਿਆਂ ਨੂੰ ਪੁੱਤ ਦਿੰਦੇ ਹੈ, ਜੋ ਜੋ ਸਾਡੇ ਮਨ ਦੀਆਂ ਆਸਾਂ ਮੁਰਾਦਾਂ ਹੈ ਮੇਰਾ ਨਾਥ ਪੂਰੀਆਂ ਕਰਦਾ ਹੈ। ਐਸੇ ਕਰਕੇ ਮੇਲੇ ਲੱਗਦੇ ਹੈ, ਐਸੇ ਕਰਕੇ ਬਾਬਾ ਜੀ ਨੂੰ ਸੰਗਤਾਂ ਪਿਆਰ ਕਰਨ ਵਾਲੀਆਂ ਬੈਠੀਆਂ ਹੋਈਆਂ। ਸੋ ਤੁਹਾਡਾ ਪਿਆਰ ਚਾਹੁੰਦੇ, ਦੋਨਾਂ ਹੱਥਾਂ ਦਾ ਆਸ਼ੀਰਵਾਦ ਤੁਹਾਡਾ ਸਾਰਿਆਂ ਦਾ ਚਾਹੁੰਦਾ ਹੈ। ਮਿਹਰਬਾਨੀ, ਬਹੁਤ ਪਿਆਰੀ ਸਾਊਂਡ ਮੇਰਾ ਵੀਰ, ਖਾਲਸਾ ਸਾਊਂਡ। ਔਰ ਜੈਕਾਰਾ ਪਾਉਣਾ ਹਰੀ ਦਾ, ਬਹੁਤ ਸੱਚੇ ਦਰਬਾਰ ਕੀ ਜੈਕਾਰਾ। ਤੁਸੀਂ ਰੱਜ ਬੱਜ ਕੇ ਬੋਲੀ ਜਾਣਾ, ਥੋੜ੍ਹਾ ਥੋੜ੍ਹਾ ਪਿਆਰ ਜ਼ਰੂਰ ਸਾਰਿਆਂ ਨੇ ਤਾੜੀ ਦਾ ਦੇਣਾ ਹੈ, ਫਿਰ ਦੇਖਿਓ ਕਿਵੇਂ ਬਾਬਾ ਜੀ ਦੇ ਨਾਮ ਵਾਲਾ ਰੰਗ ਚੜ੍ਹਦਾ ਹੈ। ਜਿਤਨਾ ਦੀਆ ਸਰਕਾਰ ਨੇ ਮੁਝਕੋ ਉਤਨੀ ਤੋਂ ਮੇਰੀ ਔਕਾਤ ਨਾ ਥੀ, ਜੈ ਤੋ ਕਰਮ ਗਏ ਮੇਰੇ ਬਾਬਾ ਕਰਦੇ ਕਰਕੇ
फिर कभी कोई ना हरे की है अलग चीज है तो प्यार आना सब तो वड्डा है कोई मुल नहीं सो उही प्यार लैन वास्ते आए सारे सख्त बैठे हो और ये साडे सारे दे बड़े चंगे कर्म है क्योंकि चंदे बड़े ने दुनिया के अंदर उन्होंने समा बहुत घट लगता है क्यों समा नहीं लगता उन्होंने धंधियों के बंदा इन्ना बिजी हो गया पर बाबा जी रहमत हूँ जरा सू समा मिल रहा ना थोड़ा समा जिन्ना भी बैठना आप ये साड़ी बाबा के चलने देख के लगना सीधा ना सारे ने लेना मैं चाहना थोड़ा थोड़ा प्यार दे के सारे जने ना भी लोड़ बकी ना भी
साथ दियो सारी संगत, बेटा बेटा ताड़ी का साथ दियो सारे जने जिन्होंने वार पूरी पहुंच रही है। ऐसे करके दुनिया पहुंच रहा सारे जने आने आने पहुंचूंगा तू क्या बात है, कोई नहीं मैं तेरे को आना उठी लागे ऐसे करके दुनिया बाबा चुमदी तेरे पैरों बाबा जी ना तो ताड़ी खुल के लाए मेरी सारे जने बहुत प्यार बहुत आशीर्वाद होता सारे ना क्योंकि जेडे भी गवैया होंगे वह तो बाबा जी की रहमत के नाल ही है जो प्यार सदका जी नहीं तो गाँवना औखला है। सो बाबा जी के चरणों दी हाजरियां आप सारे भर रहे हैं नादी नाल भंडारे चल रहे हैं, बहुत सोहना प्रबंध है हर साल की तरह सारे सेवादारों वालों प्रबंधकों के वालों और साड़ी इस हाजरी में लाइव देखा जा रहा है पर सारिया संगत इतने भी देख रही बल्कि जिते पूरी दुनिया के जो हाजरी है लाइव देखी जा रही है बाबा जी सारे ते मेहर कर प्यार बख्शोगे और लगातार हाजरियां बाबा जी के चरणों दियां कि दर जोगी दी अज लगियां रौनकां वरस लिया रंग बाबा जी मेरी पूरी कर दियो मंग बाबा जी क्योंकि कोई दुध मंगता है बाबा जी को पुत मंगता है कोई देसा प्रदेशों दहरा मंगता है बाबा जी के को पर अपने अपने परिवार की सुखना के वास्ते अपने अपने कामा काज की बरकतों के वास्ते दुधा पुतों दातों के वास्ते असं हर रोज़ बाबा जी चलना चाहते हैं कि बाबा जी साढ़े उत्ते रहमत कर दियो पर किमें जो तो अभी सच्चे मन लड़ते ना उन्होंने चरणों के बह जाना लग के फिर बाबा जी मेहर करते हैं और जिमें संगत रहमत हो रही है दर जोगी दे अज लगियां रौनक बज सिरे खा गया मेरी पूरी कर दे कर दे पौना गारियां गुफा दसिया मैं तेरे नाम दी माला ली इनू रखा मैं नित सांभ के ते किते मैली ना जावे जी किते मैली ना जावे जी किते मैली ना जावे सारे ने दर जोगी दे अज लगियां रौनक 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 पर सिर गाग है रंग जोगिया मेरी पूरी कर दे
गया मेरी पूरी कर दे नाम वाला रंग जोगिया तेरी पूरी कर दे अपनी बाबा जी तेरी पूरी कर दे वर्मा ज्वेलर मजारी उन्होंने वालों स्पैशल माण भेजा गया बाबा जी मेरा घर खान साहब बहुत प्यार मेहरबानी है साडे वीर जी स्पैशल माण है सारे दे वालों मेहरबानी सारी संगत मैं बहुत प्यार है साडे सत्कार जो जिन्नी भी संगत है सारे सो बाबा जी सारे मेहर करो क्योंकि ताडा प्यार बहुत बड़ा है सारी संगत जिन्नी भी बैठे हो हर साल की तरह बाबा जी के चरणा च सो जयकारा बोलिए सारी साहित्य वाली साडे बापू जी बुजुर्गों बोलो भैन बोलो माता बोलो बहुत प्यार मिलता है सिख ने जयकारा बोलो सारे जने साडे बीबी जी बैठे हुए हैं जयकारा पाउणा खाली जी का रंग लेके बैठे क्योंकि बहुत प्यार अरदास मिलता है और मैं हूँ फिर कहना है क्योंकि मेरे को गवैया नहीं कोई कलाकार नहीं तो सारा आशीर्वाद ही है बस पर यही तुम रखियो सब तो वड्डा है
अज सिद्ध जोगी नाथ मेरी गुफा की वासी उन्होंने चरणों दी हाजरियां कि जदों जोगी ने धूना लाया जदों जोगी ने भगमे पाए फिर भी समझ ना आई कि तैनू लाल रखना ना सारे ने सुनिया होया मेरे वीर सारे पास लाइव देखे जा रहे सू सारे तू भी क्या बात है साढ़े गोल्डी वाली हो जदों जोगी ने धूना लाया फिर भी ना भेद तेनू फिर भी ना भेद तेनू आया रतनों तेनू लाल रखना ना सारे ने कहना यही बोल जदों जोगी ने सारे जाने जदों जोगी ने धूना लाया जदों जदों ना बाबे दे दरबार ते जाईदा है गुफा ते जदों जाना है कईयां ने जाना है और कई जा भी आए हैं और जेठा एतवार कल लंघ के गया सारे पासे मत्था टेकया है और कईयां ने जाना भी है और जदों लाइन विच संगत लगी हुंदी है ना उत्थे एक भगत पैर वलों जयकारा आउंदा उहदा जवाब कईयां वलों आ जांदा है उत्थे नहीं पता हुंदा कौन कित्थों गया पूरी दुनिया विचों बाबे दे दरबार ते संगत जांदी है ਸੋ ਇੱਦਾਂ ਹੀ ਇਹ ਸਜਿਆ ਹੋਇਆ ਬਾਬਾ ਜੀ ਦਾ ਦਰਬਾਰ ਹੈ ਸੋ ਸੰਗਣਾ ਬਿਲਕੁਲ ਕਿਸੇ ਨੇ ਨਹੀਂ ਬਾਬਾ ਜੀ ਦੇ ਨਾਮ ਦੀ ਜੈ ਜੈਕਾਰ ਸਾਰੇ ਪਾਸੇ ਹੋ ਰਹੀ ਹੈ ਹੱਥ ਉੱਤੇ ਚੁੱਕ ਕੇ ਸਾਰੇ ਨੇ ਕਹਿਣਾ ਜਰਾ ਪਤਾ ਲੱਗੇ ਤੁਹਾਡਾ ਪਿਆਰ ਬਾਬਾ ਜੀ ਦਾ ਕਿੰਨਾ ਕੀ ਜਦੋਂ ਜੋਗੀ ਨੇ ਧੂਣਾ ਲਾਇਆ ਹੁਣ ਪਤਾ ਲੱਗਿਆ ਫਿਰ ਵੀ ਨਾ ਭੇਦ ਤੈਨੂੰ ਆਇਆ ਰਤਨੋ ਤੈਨੂੰ ਲਾਲ ਰੱਖਣਾ ਆਇਆ ਰਤਨੋ ਤੈਨੂੰ ਲਾਲ ਰੱਖਣਾ ਨਾ आया रतनों तेनू लाल रखना
ਮਲੰਗਣੀ ਗੋਈ ਬੋੜਾ ਮਾਰਿਆ ਤੇਰੀ ਮੈਂ ਮਲੰਗਣੀ ਗੋਈ ਤੇਰੀ ਮੈਂ ਮਲੰਗਣੀ ਗੋਈ ਬੋੜਾ ਮਾਰਿਆ ਤੇਰੀ ਮੈਂ ਮਲੰਗਣੀ ਗੋਈ ਮੈਂ ਬੜਾ ਮਲੰਗਣੀ ਗੋਈ ਬੋੜਾ ਮਾਰਿਆ ਤੇਰੀ ਮੈਂ ਮਲੰਗਣੀ ਗੋਈ ਤੇਰੀ ਮੈਂ ਮਲੰਗਣੀ ਗੋਈ ਬੋੜਾ ਮਾਰਿਆ ਤੇਰੀ ਮੈਂ ਮਲੰਗਣੀ ਗੋਈ ਤੇਰੀ ਮੈਂ ਮਲੰਗਣੀ ਗੋਈ ਬੋੜਾ ਮਾਰਿਆ ਤੇਰੀ ਮੈਂ ਮਲੰਗਣੀ ਗੋਈ ਤੇਰੀ ਮੈਂ ਮਲੰਗਣੀ ਗੋਈ ਬੋੜਾ ਮਾਰਿਆ ਤੇਰੀ ਮੈਂ ਮਲੰਗਣੀ ਗੋਈ ਕਿਉਂਕਿ ਸਾਰਾ ਪਰਿਵਾਰ ਬੈਠਾ ਹੈ ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਪਿਆਰ ਮਿਲਦਾ ਹੈ।
ਸਾਰੇ ਕਿਵੇਂ ਬਾਬਾ ਜੀ ਮੇਰਾ ਘੋੜਾ ਰਾਣਾ
मेरा है मोही जान जो कि चिमटे वाला वो भी चिमटे
Let's go.